ਗੁਰੂ ਤੋਂ ਬਿਨਾਂ ਹੋਰ ਕੋਈ ਜਿਵ ਮੂਰਤ ਨਹੀਂ ਹੈ ਜੋ ਭਗਵਾਨ ਨੂੰ ਮਿਲਾਉਣ ਵਾਲੀ ਹੈ। ਗੁਰੂ ਰੇ ਬ੍ਰਹਮਾ, ਗੁਰੂ ਰੇ ਵਿਸ਼ਨੂੰ, ਗੁਰੂ ਰੇ ਦੇਵੋ ਮਹੇਸ਼ਵਰਾ, ਗੁਰੂ ਸਾਕਸ਼ਾਤ ਪਰ ਬ੍ਰਹਮ ਤਸਵੇ ਸ੍ਰੀ ਗੁਰੂ ਵੇ ਨਮਃ। ਕਹਿੰਦੇ ਤਿੰਨ ਲੋਕ ਦੇ ਮਾਲਕ ਸ਼੍ਰੀ ਰਾਮ ਭਗਵਾਨ ਜੀ, ਸ਼੍ਰੀ ਸ਼ਿਆਮ ਸੁੰਦਰ ਕ੍ਰਿਸ਼ਨ ਮਹਾਰਾਜ ਜੀ, ਉਹਨਾਂ ਨੇ ਵੀ ਗੁਰੂ ਧਾਰਿਆ ਅਤੇ ਉਹਨਾਂ ਨੇ ਵੀ ਗੁਰੂ ਦੀ ਪੂਜਾ ਕੀਤੀ। ਸਤਦੀਪ ਨਵਖੰਡ ਮੈਂ ਗੁਰੂ ਸੇ ਬੜਾ ਨਾ ਕੋਏ, ਕਰਤਾ ਕਰੇ ਨਾ ਕਰ ਸਕੇ, ਸਤਿਗੁਰੂ ਕਰੇ ਸੋ ਹੋਏ। ਜੋ ਸਤਿਗੁਰੂ ਜੀ ਰਚਨਾ ਰਚਦੇ ਨੇ, ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਪਹਿਲਾਂ ਤਾਂ ਉਹ ਵਧਾਈ ਦੇ ਪਾਤਰ ਨੇ ਜਿਹੜੇ ਗੁਰੂ ਵਾਲੇ ਨੇ, ਜਿਨ੍ਹਾਂ ਨੇ ਹਜੇ ਤੱਕ ਗੁਰੂ ਨੇ ਧਾਰਿਆ ਹੈ ਉਹਨੂੰ ਨਿਗਰਾ ਕਿਹਾ ਗਿਆ। ਕਬੀਰ ਸਾਹਿਬ ਜੀ ਦੀ ਬਾਣੀ ਕਹਿੰਦਾ, ਕਬੀਰ ਨਿਗਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨਿਗਰੇ ਦੇ ਸੀਸ ਤੇ ਕਹੋ ਲੱਖ ਪਾਪੀ ਦਾ ਭਾਗ। ਕਹਿੰਦੇ ਜਿਹੜੇ ਗੁਰੂ ਵਾਲੇ ਨੇ ਉਹ ਭਾਗਾਂ ਵਾਲੇ, ਹਰ ਵੇਲੇ ਗੁਰੂ ਦੀ ਸਿਫਤ ਕਰੀਏ, ਗੁਰੂ ਦਾ ਯਾਦ ਕਰੀਏ, ਗੁਰੂ ਦੀ ਜਿਹੜੀ ਵਡਿਆਈ ਕਰੀਏ ਹਰ ਵੇਲੇ। ਅੱਜ ਦੀ ਗੁਰੂ ਦੀ ਪੂਜਾ ਦਾ ਕਿੰਨਾ ਫਲ ਲਿਖਣ ਤੇ ਬੋਲਣ ਤੋਂ ਪਰੇ ਹੈ। ਆਓ ਗੁਰੂ ਮਹਾਰਾਜ ਦੇ ਚਰਨ ਕਮਲਾਂ ਵਿੱਚ ਅਸੀਂ ਝੁਕਾ ਕੇ ਸਾਰੀ ਸੰਗਤ ਇੱਕ ਵਾਰੀ ਸ੍ਰੀ ਸਤਿਗੁਰੂ ਦੇਵ ਮਹਾਰਾਜ ਜੀ ਦਾ ਨਿਗਾਹ ਪ੍ਰੇਮ ਦੇ ਨਾਲ ਸਾਰੀ ਸੰਗਤ ਉੱਚੀ ਆਵਾਜ਼ ਦੇ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਾਰੀ ਸੰਗਤ ਆਖੋ, ਬੰਦੀ ਗੁਰੂ ਮਹਾਰਾਜ ਕੀ, ਸ੍ਰੀ ਸਤਿਗੁਰੂ ਦੇਵ ਮਹਾਰਾਜ ਕੀ, ਆਪਣੇ ਆਪਣੇ ਸ੍ਰੀ ਗੁਰੂ ਦੇਵ ਮਹਾਰਾਜ ਕੀ। ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਸਵਾਮੀ ਜੀ ਦੇ ਸੇਵਕ ਵਜੋਂ ਬੇਅੰਤ ਮਾਇਆ ਆਸ਼ੀਰਵਾਦ, ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹ ਅਰਜ ਕਰਨੀ ਆਪਾਂ, ਗੁਰੂ ਮਿਲਿਆ ਪਰਮੇਸ਼ਰ ਮਿਲਿਆ ਮੇਰੇ ਗਮ ਨਾ ਰਹਿ ਗਏ ਬਾਕੀ, ਬੂਹੇ ਖੋਲ ਬਹਿਸਤਾਂ ਵਾਲੇ ਬੰਦ ਕਰਦੇ ਗਮਾਂ ਵਾਲੀ ਤੱਕ ਤੱਕ, ਗੁਰੂ ਸਾਰੀਆਂ ਇੱਛਾਵਾਂ ਨੂੰ ਪੂਰ ਕਰਨ ਵਾਲੇ ਨੇ। ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਬਾਣੀ। ਕਹਿੰਦੇ ਜਦੋਂ ਸਤਿਗੁਰੂ ਦਿਆਲ ਹੁੰਦਾ ਫਿਰ ਸਾਰੇ ਰੰਗਾਂ ਵਿੱਚ ਰੰਗ ਰਹਿੰਦਾ, ਜਦੋਂ ਸਤਿਗੁਰੂ ਕਿਰਪਾ ਕਰਦੀਆਂ ਜਿਹੜਾ ਰੰਗ ਲੱਗਿਆ ਸੇਵਕਾਂ ਨੂੰ, ਗੁਰੂ ਮਹਾਰਾਜ ਜੀ ਦੀ ਪੂਜਾ, ਗੁਰੂ ਮਹਾਰਾਜ ਦੇ ਚਰਨ ਕਮਲਾਂ ਵਿੱਚ ਵੱਡੇ ਭਾਗਾਂ ਵਾਲੇ ਜੋ ਸੇਵਕ ਚੱਲ ਕੇ ਆਏ ਨੇ, ਆਓ ਗੁਰੂ ਮਹਾਰਾਜ ਦੇ ਚਰਨਾਂ 'ਚ। ਉਸ ਤੋਂ ਤਾਂ ਗੁਰੂ ਮਹਾਰਾਜ ਜੀ ਨੇ ਚੰਦਨ ਬਣਾ ਦਿਓ ਮੈਨੂੰ ਰਿੰਡਣਾ ਸੁਹਾਵਾ, ਗੁਰੂ ਮਹਾਰਾਜ ਮੇਰੇ ਤੇਰਾ ਜਸ਼ ਗਾਵਾਂ ਮੈਂ ਸਦਾ, ਮੈਂ ਤੇਰਾ ਜਸ਼ ਗਾਵਾਂ। ਹੇ ਗੁਰੂ ਮਹਾਰਾਜ, ਸਵਾਮੀ ਜੀ ਦਾ ਸੇਵਕ ਜੱਥਾ ਜਿੱਥੇ ਵੀ ਗੁਰੂ ਮਹਾਰਾਜ ਹੁਕਮ ਕਰਦੇ ਨੇ, ਬੜੀ ਦਿਆਲਤਾ ਹੈ ਗੁਰੂ ਮਹਾਰਾਜਿਆਂ ਦੀ, ਸਵਾਮੀ ਜੀ ਆਪਣੇ ਸ਼੍ਰੀ ਚਰਨਾਂ ਵਿੱਚ ਲਾ ਕਰਕੇ ਰੱਬ ਵਰਗੀ ਸੰਗਤ ਦੇ ਆਪਣੇ ਚਰਨ ਕਮਲਾਂ ਵਿੱਚ ਬੋਲਣ ਦਾ ਹੁਕਮ ਵਾਪਸ ਕਰਦੇ ਨੇ ਗੁਰੂ ਮਹਾਰਾਜ। ਸਤਿਗੁਰੂ ਜੀ ਕਿਰਪਾ ਕਰਨ, ਆਓ ਗੁਰੂ ਮਹਾਰਾਜ ਮੇਰੇ ਤੇਰਾ ਜਸ਼ ਗਾਵਾਂ ਮੈਂ, ਤੁਹਾਡੇ ਚਰਨਾਂ ਦੀ ਧੂੜੀ ਚੁੱਕ ਮੱਥੇ ਨਾਲ ਲਾਉਣਾ, ਸਤਿ ਜੀ ਦੇ ਚਰਨ ਕਮਲਾਂ ਵਿੱਚ ਸ਼ਬਦ ਭੇਟਾ ਕਰੀਏ। ਜੀ ਮੈਂ ਜਿਸ ਵੇਲੇ ਤੇਰੇ ਹੋਣ ਮਿਲੇ, ਜੀ ਮੈਂ ਜਿਸ ਵੇਲੇ ਤੇਰੇ ਹੋਣ ਮਿਲੇ, ਤੇਰਾ ਸਤਿਗੁਰੂ ਨਿਤ ਨਿਰਾਰ ਮੰਗਾ, ਨਾ ਮੈਂ ਮਾਨ ਚਾਹੁੰਦਾ ਨਾ ਮੈਂ ਸ਼ਾਨ ਚਾਹੁੰਦਾ, ਨਾ ਮੈਂ ਸੁਰਗ ਤੇ ਮੋਖ ਦਵਾਰ ਮੰਗਾ, ਤੁਹਾਡੇ ਸ਼ਬਦ ਦਾ ਰਹੇ ਸਤਿਕਾਰ ਬਣਿਆ, ਤੇਰੋ ਹੋਰ ਨਾ ਕੁਝ ਨਾਰ ਮੰਗਾ, ਖੁਸ਼ ਹੋ ਕੇ
ਖੁਸ਼ ਹੋ ਕੇ ਜੇ ਮਿਲੋ ਦਰਬਾਰ ਸਿੰਘਾ, ਮੈਂ ਤੁਹਾਡੇ ਚਰਨ ਕਮਲਾਂ ਦਾ ਪਿਆਰ ਮੰਗਾ, ਮੈਂ ਤੁਹਾਡੇ ਚਰਨ ਕਮਲਾਂ ਦਾ ਪਿਆਰ ਮੰਗਾ। ਹਾਂਜੀ, ਇੱਕ ਬੇਨਤੀ ਹੈ।